ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਸੁਖੀ ਨੇ ਆਪਣੇ ਗਾਣਿਆਂ ਅਤੇ ਸੰਗੀਤ ਦੇ ਨਾਲ ਬਾਲੀਵੁੱਡ ਹੀ ਨਹੀਂ ਬਲਕਿ ਪੂਰੀ ਦੁਨੀਆ ਨੂੰ ਆਪਣਾ ਦੀਵਾਨਾ ਬਣਾ ਲਿਆ। ਸੁਖੀ ਜਲਦ ਹੀ ਆਪਣਾ ਨਵਾਂ ਗਾਣਾ ਕੋਕਾ ਦੇ ਨਾਲ ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰਨ ਵਾਲੇ ਨੇ। ਗਾਣੇ ਦਾ ਟੀਜ਼ਰ ਆ ਚੁੱਕਿਆ ਜਿਸ 'ਚ ਪੁਰਾਣੇ ਸੰਗੀਤ ਅਤੇ ਗਾਣੇ ਨੂੰ ਸੁਖੀ ਨੇ ਨਵਾਂ ਰੂਪ ਦੇ ਦਿੱਤਾ। ਗਾਣੇ ਤੇ ਪੂਰੀ ਮਿਊਜ਼ਿਕ ਇੰਡਸਟਰੀ ਚੋਂ ਵੱਖਰੇ ਵੱਖਰੇ ਕਮੈਂਟਸ ਆ ਰਹੇ ਨੇ, ਪਰ ਸਭ ਤੋਂ ਅਨੋਖਾ ਕਮੈਂਟ ਆਇਆ ਹੈ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਬੀ ਫਰਾਕ ਦਾ। ਉਹਨਾਂ ਨੇ ਗਾਣੇ ਦੇ ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ਇਹਨੂੰ ਕਹਿੰਦੇ ਨੇ ਗਾਣਾ। ਹਜੇ ਤਾਂ ਟੀਜ਼ਰ ਆਇਆ, ਨਹੀਂ ਤਾਂ ਅੱਜ ਕੱਲ੍ਹ ਦੀ ਇੰਡਸਟਰੀ 'ਚ ਤਾਂ ਗਾਣੇ ਹੀ ਨਹੀਂ ਮਜ਼ਾਕ ਹੋ ਰਿਹਾ। ਪੂਰੇ ਗਾਣੇ ਲਈ ਤਿਆਰ ਹੋ ਜਾਓ। ਬੀ ਪ੍ਰਾਗ ਦੇ ਇਹ ਬੋਲ ਆਪਣੇ ਆਪ 'ਚ ਹੀ ਬਹੁਤ ਕੁਛ ਦਰਸਾ ਰਹੇ ਨੇ। ਉੱਥੇ ਹੀ ਗਾਣੇ ਨੂੰ ਹੋਰ ਵੀ ਕਈ ਵੱਡੀਆਂ ਸ਼ਖਸੀਅਤਾਂ ਨੇ ਸ਼ੇਅਰ ਕੀਤਾ ਅਤੇ ਪੂਰੇ ਗਾਣੇ ਲਈ ਉਤਸੁਕਤਾ ਜ਼ਾਹਿਰ ਕੀਤੀ ਜਾ ਰਹੀ ਹੈ। ਇਸ ਗਾਣੇ ਦੇ ਬੋਲ ਅਤੇ ਕੰਪੋਜ਼ ਜਾਨੀ ਨੇ ਕੀਤਾ। ਇਹ ਗਾਣਾ 9 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਤੇ ਲੋਕਾਂ ਨੇ ਟੀਜ਼ਰ ਨੂੰ ਬਹੁਤ ਹੀ ਪਸੰਦ ਕੀਤਾ। ਅਤੇ ਪੂਰੇ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।